ਅਕਸਰ ਅਸੀਂ ਦੇਖਦੇ ਹਾਂ ਕਿ ਘੱਟ ਮਿੱਠਾ ਖਾਣ ਵਾਲੇ ਜਾਂ ਫਿਰ ਆਪਣੀ ਵਧੀ ਹੋਈ ਸ਼ੂਗਰ ਨੂੰ ਕੰਟਰੋਲ ਕਰਨ ਲਈ ਲੋਕ ਸ਼ੂਗਰ ਫ੍ਰੀ ਗੋਲੀਆਂ ਜਾਂ ਫਿਰ ਘੱਟ ਮਿੱਠੇ ਦੀ ਵਰਤੋਂ ਕਰਦੇ ਨੇ। ਪਰ ਹੁਣ ਅਜਿਹਾ ਕਰਨ ਵਾਲਿਆਂ ਨੂੰ ਵਿਸ਼ਵ ਸਿਹਤ ਸੰਸਥਾ ਯਾਨੀ ਕਿ WHO ਦੀਆਂ ਨਵੀਆਂ ਆਈਆਂ ਗਾਈਡਲਾਈਨਸ ਵੱਲ ਧਿਆਨ ਦੇਣ ਦੀ ਲੋੜ ਹੈ। ਦਰਅਸਲ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਨੌਨ ਸ਼ੂਗਰ ਸਵੀਟਨਰਸ ਬਾਬਤ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ। ਇਹ ਗਾਈਡਲਾਈਨਸ ਨੌਨ ਸ਼ੂਗਰ ਸਵੀਟਨਰਸ ਯਾਨੀ NSS ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੀਆਂ ਹਨ। ਇਹਨਾਂ ਨੌਨ ਸ਼ੂਗਰ ਸਵੀਟਨਰਸ ਨੂੰ ਸਰੀਰ ਦੇ ਭਾਰ ਨੂੰ ਕੰਟਰੋਲ ਕਰਨ ਜਾਂ ਫਿਰ ਅਛੂਤ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਲਈ ਵਰਤਿਆ ਜਾਂਦਾ ਹੈ। ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਨੌਨ ਸ਼ੂਗਰ ਸਵੀਟਨਰਸ ਕਿਸ ਨੂੰ ਕਹਿੰਦੇ ਨੇ ਅਤੇ WHO ਦੀਆਂ ਨਵੀਆਂ ਗਾਈਡਲਾਈਨਸ ਕੀ ਨੇ ਅਤੇ ਕਿਹਨਾਂ ਲਈ ਹਨ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਨੌਨ ਸ਼ੂਗਰ ਸਵੀਟਨਰਸ ਹੁੰਦੇ ਕੀ ਹਨ। ਸੌਖੇ ਸ਼ਬਦਾਂ ਵਿੱਚ ਨੌਨ ਸ਼ੂਗਰ ਸਵੀਟਨਰਸ ਉਹ ਹੁੰਦੇ ਨੇ ਜੋ ਸਿੱਧੇ ਤੌਰ ਉੱਤੇ ਖੰਡ ਵਰਗੀਆਂ ਵਸਤਾਂ ਨਾਲ ਨਹੀਂ ਬਣਦੇ, ਸਗੋਂ ਆਰਟੀਫਿਸ਼ਲ ਮਿਠਾਸ ਨਾਲ ਲੈਸ ਹੁੰਦੇ ਨੇ। BBC ਨਿਊਜ਼ ਆਨਲਾਈਨ ਦੇ ਸਿਹਤ ਸੰਪਾਦਕ ਮਿਸ਼ੇਲ ਰੌਬਰਟਸ ਦੀ ਇੱਕ ਪੁਰਾਣੀ ਰਿਪੋਰਟ ਮੁਤਾਬਕ ਅਜਿਹੇ ਬਹੁਤ ਸਾਰੇ ਉਤਪਾਦ ਬਾਜ਼ਾਰ ਵਿੱਚ ਮੌਜੂਦ ਹਨ ਜੋ ਖੰਡ, ਗੁੜ, ਸ਼ੱਕਰ ਆਦਿ ਦੀ ਥਾਂ ਮਿੱਠੇ ਲਈ ਇਸਤੇਮਾਲ ਕੀਤੇ ਜਾ ਸਕਦੇ ਨੇ। ਮੰਨਿਆ ਜਾਂਦਾ ਹੈ ਕਿ ਇਹਨਾਂ ਦੇ ਸੇਵਨ ਨਾਲ ਘੱਟ ਕੈਲੋਰੀਜ਼ ਸਰੀਰ ਦੇ ਵਿੱਚ ਜਾਂਦੀਆਂ ਹਨ ਅਤੇ ਭਾਰ ਨੂੰ ਵਧਣ ਤੋਂ ਰੋਕਣ ਵਿੱਚ ਮਦਦ ਮਿਲਦੀ ਹੈ। ਇਹਨਾਂ ਦਾ ਵਧੇਰੇ ਇਸਤੇਮਾਲ ਘੱਟ ਕੈਲੋਰੀਜ਼ ਵਾਲੇ ਸੌਫਟ ਡਰਿੰਕਸ ਅਤੇ ਸ਼ੂਗਰ ਰਹਿਤ ਚੁਇੰਗਮ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਨੌਨ ਸ਼ੂਗਰ ਸਵੀਟਨਰਸ ਕਈ ਤਰ੍ਹਾਂ ਦੇ ਹੁੰਦੇ ਨੇ ਅਤੇ ਇਹ ਵੱਖ ਵੱਖ ਤਰ੍ਹਾਂ ਦੇ ਹਜ਼ਾਰਾਂ ਹੀ ਉਤਪਾਦਾਂ ਵਿੱਚ ਮਿਲਦੇ ਨੇ। ਇਹਨਾਂ ਵਿੱਚ ਡਾਈਟ, ਖਾਣ ਅਤੇ ਪੀਣ ਦੀਆਂ ਚੀਜ਼ਾਂ ਸ਼ਾਮਲ ਨੇ। ਇਹਨਾਂ ਸਭ ਦਾ ਮਕਸਦ ਇੱਕੋ ਹੀ ਹੁੰਦਾ ਹੈ ਅਤੇ ਉਹ ਹੈ ਮਿੱਠੇ ਦੀ ਥਾਂ ਘੱਟ ਕੈਲੋਰੀਜ਼ ਵਾਲੀ ਮਿਠਾਸ ਦੇਣਾ। BBC ਫਿਊਚਰ ਦੀ ਕਲੌਡੀਆ ਹੈਮੰਡ ਮੁਤਾਬਕ ਬਹੁਤ ਲੋਕ ਡਾਈਟ ਫੂਡ ਜਾਂ ਕੋਲਡ ਡਰਿੰਕਸ ਇਸ ਲਈ ਖਰੀਦਦੇ ਨੇ ਤਾਂ ਜੋ ਉਹ ਮਿੱਠੇ ਦੀ ਘੱਟ ਮਾਤਰਾ ਨੂੰ ਲੈ ਸਕਣ। ਸ਼ੂਗਰ ਨੂੰ ਸਿੱਧੇ ਤੌਰ ਉੱਤੇ ਲੈਣ ਦੇ ਵਿਕਲਪ ਵਜੋਂ ਲੋਕ ਆਰਟੀਫਿਸ਼ੀਅਲ ਸਵੀਟਨਰਸ ਜਾਂ ਕਹਿ ਲਓ ਕਿ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਨੇ ਜਿਨ੍ਹਾਂ ਵਿੱਚ ਘੱਟ ਕੈਲੋਰੀਜ਼ ਵਾਲੀ ਮਿਠਾਸ ਹੁੰਦੀ ਹੈ। ਜਦੋਂ ਅਸੀਂ ਡਾਈਟ ਜਾਂ ਘੱਟ ਸ਼ੂਗਰ ਵਾਲੇ ਉਤਪਾਦਾਂ ਵੱਲ ਜਾਂਦੇ ਹਾਂ ਤਾਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਚੰਗੇ ਅਤੇ ਸਿਹਤਮੰਦ ਵਿਕਲਪ ਚੁਣ ਰਹੇ ਹਾਂ। UK ਦੀ ਐਸਟਨ ਯੂਨੀਵਰਸਿਟੀ ਦੀ ਡਾਕਟਰ ਜੇਮਸ ਬ੍ਰਾਊਨ ਕਹਿੰਦੇ ਨੇ ਕਿ ਬਹੁਤੇ ਲੋਅ ਸ਼ੂਗਰ ਜਾਂ ਫਿਰ ਡਾਈਟ ਵਾਲੇ ਉਤਪਾਦਾਂ ਵਿੱਚ ਸਵੀਟਨਰਸ ਜਿਵੇਂ ਸੈਕਰੀਨ, ਸੁਕਰਾਲੋਸ, ਐਸਪਰਟੇਮ ਅਤੇ ਸਟੀਵੀਆ ਮਿਲਦਾ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਨੋਰਮਲ ਸ਼ੂਗਰ ਵਾਲੇ ਖਾਣੇ ਅਤੇ ਡਰਿੰਕਸ ਵਿੱਚ ਵੀ ਇਹਨਾਂ ਬਾਰੇ ਜਾਣੇ ਬਗੈਰ ਹੀ ਸਾਡੇ ਵਿੱਚੋਂ ਬਹੁਤੇ ਲੋਕ ਇਹਨਾਂ ਦਾ ਇਸਤੇਮਾਲ ਕਰ ਰਹੇ ਨੇ। ਹੁਣ ਜਾਣਦੇ ਹਾਂ ਕਿ WHO ਦੀਆਂ ਨਵੀਆਂ ਗਾਈਡਲਾਈਨਸ ਕੀ ਹਨ। ਵਿਸ਼ਵ ਸਿਹਤ ਸੰਸਥਾ ਦੀਆਂ ਇਹ ਗਾਈਡਲਾਈਨਸ ਮੌਜੂਦਾ ਸਬੂਤਾਂ ਦੀ ਇੱਕ ਯੋਜਨਾਬੱਧ ਸਮੀਖਿਆ ਦੇ ਨਤੀਜਿਆਂ ਉੱਤੇ ਆਧਾਰਿਤ ਨੇ, ਜੋ ਇਹ ਸੁਝਾਅ ਦਿੰਦੀਆਂ ਨੇ ਕਿ ਨੌਨ ਸ਼ੂਗਰ ਸਵੀਟਨਰਸ ਦੀ ਵਰਤੋਂ ਬਾਲਗਾਂ ਜਾਂ ਫਿਰ ਬੱਚਿਆਂ ਵਿੱਚ ਸਰੀਰ ਦੀ ਚਰਬੀ ਨੂੰ ਘਟਾਉਣ ਵਿੱਚ ਲੰਬੇ ਸਮੇਂ ਲਈ ਕੋਈ ਲਾਭ ਨਹੀਂ ਦਿੰਦੀਆਂ। ਇਸ ਸਮੀਖਿਆ ਦੇ ਨਤੀਜੇ ਇਹ ਵੀ ਸੁਝਾਅ ਦਿੰਦੇ ਨੇ ਕਿ ਨੌਨ ਸ਼ੂਗਰ ਸਵੀਟਨਰਸ ਦੀ ਲੰਬੇ ਸਮੇਂ ਲਈ ਵਰਤੋਂ ਦੇ ਸੰਭਾਵੀ ਅਣਚਾਹੇ ਪ੍ਰਭਾਵ ਹੋ ਸਕਦੇ ਨੇ, ਜਿਵੇਂ ਕਿ ਟਾਈਪ 2 ਡਾਇਬੀਟੀਜ਼, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਬਾਲਗਾਂ ਵਿੱਚ ਮੌਤ ਦੀ ਦਰ ਵਿੱਚ ਵਾਧਾ। WHO ਦੇ ਨਿਊਟ੍ਰੀਸ਼ਨ ਐਂਡ ਫੂਡ ਸੇਫਟੀ ਡਾਇਰੈਕਟਰ ਫ੍ਰਾਂਸਿਸਕੋ ਬ੍ਰਾਂਕਾ ਕਹਿੰਦੇ ਨੇ ਕਿ ਨੌਨ ਸ਼ੂਗਰ ਸਵੀਟਨਰਸ ਦੀ ਥਾਂ ਸਿੱਧੀ ਖੰਡ ਦੀ ਵਰਤੋਂ ਨਾਲ ਲੰਬੇ ਸਮੇਂ ਤੱਕ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਨਹੀਂ ਮਿਲਦੀ। ਲੋਕਾਂ ਨੂੰ ਸਿੱਧੀ ਖੰਡ ਦੀ ਮਾਤਰਾ ਨੂੰ ਘਟਾਉਣ ਦੇ ਹੋਰ ਤਰੀਕਿਆਂ ਤੇ ਵਿਚਾਰ ਕਰਨ ਦੀ ਲੋੜ ਹੈ, ਜਿਵੇਂ ਕੁਦਰਤੀ ਤੌਰ ਤੇ ਮੌਜੂਦ ਮਿੱਠੇ ਵਾਲੇ ਭੋਜਨ ਦਾ ਸੇਵਨ ਕਰਨਾ, ਫਰੂਟ ਜਾਂ ਫਿਰ ਬਿਨਾਂ ਮਿੱਠੇ ਵਾਲੇ ਖਾਣ ਅਤੇ ਪੀਣ ਵਾਲੇ ਪਦਾਰਥ। ਹੁਣ ਜਾਣਦੇ ਹਾਂ ਕਿ ਕਿਹਨਾਂ ਤੇ ਲਾਗੂ ਹੁੰਦੀਆਂ ਨੇ WHO ਦੀਆਂ ਇਹ ਗਾਈਡਲਾਈਨਸ। ਸ਼ੂਗਰ ਦੀ ਬਿਮਾਰੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਛੱਡ ਕੇ ਵਿਸ਼ਵ ਸਿਹਤ ਸੰਸਥਾ ਦੀਆਂ ਇਹ ਹਦਾਇਤਾਂ ਬਾਕੀ ਸਭ ਲੋਕਾਂ ਉੱਤੇ ਲਾਗੂ ਹੁੰਦੀਆਂ ਨੇ। ਇਸ ਵਿੱਚ ਸਾਰੇ ਸਿੰਥੈਟਿਕ ਅਤੇ ਕੁਦਰਤੀ ਤੌਰ ਉੱਤੇ ਪੈਦਾ ਹੋਣ ਵਾਲੇ ਜਾਂ ਸੋਧੇ ਗਏ ਗੈਰ ਪੌਸ਼ਟਿਕ ਮਿੱਠੇ ਦੇ ਪਦਾਰਥ ਸ਼ਾਮਲ ਨੇ, ਜਿਹੜੇ ਬਣੇ ਬਣਾਏ ਖਾਣ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਨੌਨ ਸ਼ੂਗਰ ਸਵੀਟਨਰਸ ਹੁੰਦੇ ਨੇ। ਉਹਨਾਂ ਨੂੰ ਮਿੱਠੇ ਦੇ ਤੌਰ ਤੇ ਵਰਗੀਕ੍ਰਿਤ ਨਹੀਂ ਕੀਤਾ ਜਾਂਦਾ, ਯਾਨੀ ਕਿ ਕਲਾਸੀਫਾਈ ਨਹੀਂ ਕੀਤਾ ਜਾਂਦਾ। WHO ਦੀਆਂ ਤਾਜ਼ਾ ਗਾਈਡਲਾਈਨਸ ਨੌਨ ਸ਼ੂਗਰ ਸਵੀਟਨਰਸ ਵਾਲੇ ਪਰਸਨਲ ਕੇਅਰ ਅਤੇ ਹਾਈਜੀਨ ਨਾਲ ਜੁੜੇ ਉਤਪਾਦਾਂ ਉੱਤੇ ਲਾਗੂ ਨਹੀਂ ਹੁੰਦੀਆਂ, ਜਿਵੇਂ ਕਿ ਟੂਥਪੇਸਟ, ਸਕਿਨ ਕਰੀਮਸ, ਦਵਾਈਆਂ ਜਾਂ ਫਿਰ ਘੱਟ ਕੈਲਰੀਜ਼ ਵਾਲੇ ਮਿੱਠੇ ਅਤੇ ਸ਼ੂਗਰ ਐਲਕੋਹਲ। WHO ਦੀ ਨੌਨ ਸ਼ੂਗਰ ਸਵੀਟਨਰਸ ਦੀ ਵਰਤੋਂ ਨਾ ਕਰਨ ਬਾਰੇ ਗਾਈਡਲਾਈਨਸ ਸਿਹਤਮੰਦ ਖੁਰਾਕ ਬਾਰੇ ਮੌਜੂਦਾ ਅਤੇ ਆਗਾਮੀ ਦਿਸ਼ਾ ਨਿਰਦੇਸ਼ਾਂ ਦਾ ਹਿੱਸਾ ਹਨ।
ਇਹਨਾਂ ਗਾਈਡਲਾਈਨਸ ਦਾ ਮਕਸਦ ਜ਼ਿੰਦਗੀ ਭਰ ਲਈ ਸਿਹਤਮੰਦ ਖਾਣ ਦੀਆਂ ਆਦਤਾਂ ਨੂੰ ਸਥਾਪਿਤ ਕਰਨਾ, ਖੁਰਾਕ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਦੁਨੀਆ ਭਰ ਵਿੱਚ ਗੈਰ ਸੰਚਾਰੀ ਬਿਮਾਰੀਆਂ ਦੇ ਜੋਖਿਮ ਨੂੰ ਘਟਾਉਣਾ।